की गल है कि किसान ते दूरी तीरी मार पै रही है। पहला तो काले कानूना करके उथे साडे जेडे बजुर्ग ने मावां ने बच्चे ने नौजवान मुंडे ने उथे साढ़े पांच महीने तो बैठे ने। फिर कणक जिहड़ी है इस बार जिहड़ी कि कणक ओह फसल है जिहड़ी अद्धी तां साडे घर ही रखी जांदी है कि असीं आपदे खाण वास्ते रखदे खुराकां वास्ते। इस बार झाड़ भी घट है कोई लगभग 45 मन दा मतलब दड़ा पै रहा जाने कि 10 तो 15 मन झाड़ भी घट है। तो मंडियां च कोई ओवरफ्लो होने का कोई चांस नहीं। ए फसल तो वह फसल है, मैं आप खुद ऐसे मंडी च लैके आंदा रहा चीमे वाली स्टोज तो अपनी जिहड़ी कणक आ बजुर्ग मेरे को खड़े ने 20 दिन हो गए ना 20 दिन कणक बेच वास्ते। एदू बद शर्म की गल नहीं हो सकती अफसर लई भी सरकार लई भी। मैं जो फोन किया डीसी साहब न बारदाना है नहीं 50,000 बोरी आई है 2.25 लाख का टारगेट है हजे 25% भी नहीं पहुंचे। वो कहते हुई भेज दें जी हूं भेज दें मतलब हैरानी की गल है। उतो कल आना झक्खड़ चलो इधरले पासे थोड़ा जा बचा है उधर मार कर गया संगरूर के परले पासे ते ओ जिहड़ी फसल खराब होगी भी जिम्मेवारी की है। जे जिहड़ी फसल भिजगी कल झक्खड़ च जे ओह बिकी हुंदी टाइम ते ता शायद ओह नाले ता शैलर च हुंदी ओह भी सेफ हुंदी उत्थे ते नाले ओह किसान नूं जिमीदार नूं कोई नुकसान ना हुंदा। उतो ठेके वाले जिहड़े ने जिन्हां ने ठेके ते जमीन लई है उन्हां दा जिन्ना क बचना हुंदा उन्ना क ता झाड़ घट ही गया ओह ता मसा पूरा पूरा ही होऊगा इत्थे ते उतो जिहड़े रुड़दे ने फरदा लिआओ ओह लिआओ। सो इस करके ए इक किस्म दा बदला लो नीति बनाई है इन्होंने जिहड़ी केंद्र सरकार ने ते पंजाब सरकार ने कि तुसीं साडे विरुद्ध नारे लाउणे हो ਤੁਹਾਨੂੰ ਅਸੀਂ ਬੰਦੇ ਬਣਾਵਾਂਗੇ। ਇਹ ਨੀਤੀ ਜਿਹੜੀ ਬਹੁਤ ਗਲਤ ਹੈ। ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਜਿਹੜਾ 9 ਮਾਸ ਦਾ ਰਿਸ਼ਤਾ ਉਹ ਤੋੜ ਕੇ ਰੱਖਤਾ। ਅਸੀਂ ਡਾਇਰੈਕਟ ਟ੍ਰਾਂਸਫਰ ਕਰਾਂਗੇ ਜੀ। ਅਸੀਂ ਆੜ੍ਹਤੀ ਵੀ ਜਿਹੜੇ ਨੇ ਉਹ ਬੈਠੇ ਨੇ ਧਰਨਿਆਂ ਤੇ ਕਿਸਾਨ ਵੀ ਬੈਠੇ ਨੇ। ਪਹਿਲੀ ਵਾਰ ਹੋਇਆ ਕਿ ਦੋਨੇ ਇਕੱਠੇ ਬੈਠੇ ਨੇ ਕਿ ਸਾਡੀ ਫਸਲ ਤਾਂ ਚੱਕ ਕੇ ਲੈ ਜਾਓ ਖਰੀਦ ਤਾਂ ਲਓ। ਸੋ ਇਸ ਕਰਕੇ ਇਹ ਪ੍ਰਸ਼ਾਸਨ ਦਾ ਜਿਹੜਾ ਤੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਇਹ ਜਲੂਸ ਇੱਥੇ ਨਿਕਲਦਾ ਹਰੇਕ ਮੰਡੀ ਚ ਗਿਆ ਇਕੱਲਾ ਇੱਥੇ ਨਹੀਂ ਮਹਿਲਾ ਚੌਂਕ ਸ਼ੇਰੋ ਉਭਾਲ ਵੱਡੀਆਂ ਮੰਡੀਆਂ ਜਖੇਪਲ ਛਾਜਲੀ ਆਹੀ ਹਾਲ ਹੈ। ਕਿਤੇ ਬਾਰਦਾਨਾ ਹੈ ਨੀ ਤੇ ਹੁਣ ਬਾਰਦਾਨਾ ਹੀ ਨੀ ਹੋਊਗਾ ਤਾਂ ਫਿਰ ਇਹਨੂੰ ਬੋਰੀਆਂ ਚ ਪਾ ਕੇ ਲੈ ਕੇ ਕਿੱਥੇ ਜਾਵਾਂਗੇ? ਕਿੰਨੇ ਕੁ ਦਿਨ ਅਸੀਂ ਹੋਰ ਉਡੀਕ ਕਰਾਂਗੇ ਤਾਂ ਅਸਮਾਨ ਚ ਦੇਖ ਦੇਖ ਕੇ ਰੱਬਾ ਅੱਜ ਦਾ ਦਿਨ ਕਢਾ ਦੇ ਕੱਲ ਦਾ ਦਿਨ ਕਢਾ ਦੇ। ਸੋ ਬਹੁਤ ਸਖ਼ਤ ਐਕਸ਼ਨ ਦੀ ਲੋੜ ਹੈ। ਮੈਂ ਅੱਜ ਡੀਸੀ ਨਾਲ ਵੀ ਜਾ ਕੇ ਮੀਟਿੰਗ ਕਰਦਾ ਤੇ ਨਾਲ ਮੈਂ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਕਿ ਕਣਕ ਪਈ ਹੈ ਸੁੱਕੀ ਪਈ ਹੈ ਉਹ ਇਹ ਚ ਕਿਹੜਾ ਕੋਈ ਮੋਇਸਚਰ ਦੀ ਕੋਈ ਚੈਕਿੰਗ ਦੀ ਲੋੜ ਹੈ? ਤੁਸੀਂ ਚੱਕ ਤਾਂ ਲਓ ਯਾਰ ਇੱਕ ਪਾਸੇ ਤਾਂ ਅੱਗਾਂ ਵੀ ਲੱਗ ਗਈਆਂ 350 ਕਿੱਲਾ ਤਾਂ ਢੀਂਸਾ ਤੇ ਜਲੂਰ ਸੜ ਗਿਆ ਲਹਿਰਗਾ ਕੇ ਕੋਲੇ ਇਧਰ ਕਕਰਾਲੇ ਕਨੀ ਨੁਕਸਾਨ ਹੋਇਆ ਛਾਜਰੀ ਨੁਕਸਾਨ ਹੋਇਆ ਟਰੈਕਟਰ ਸੜ ਗਏ ਵਿੱਚ ਇੱਕ ਪਾਸੇ ਸੜੀ ਜਾਂਦੇ ਆ ਇੱਕ ਪਾਸੇ ਇਧਰ ਰੁਲੀ ਜਾਂਦੇ ਆ ਉਧਰ ਦਿੱਲੀ ਰੁਲੀ ਜਾਂਦੇ ਆ ਮਤਲਬ ਸਮਝ ਨਹੀਂ ਆਉਂਦੀ ਯਾਰ ਕਿ ਕਿਹੜੀ ਕਿਹੜੀਆਂ ਗੱਲਾਂ ਦੇ ਬਦਲੇ ਸਾਥੋਂ ਲੈਂਦੇ ਨੇ। ਇੱਕ ਪਾਸੇ ਸਾਨੂੰ ਅੰਨਦਾਤਾ ਕਹਿ ਦਿੰਦੇ ਨੇ ਸੋ ਅੰਨਦਾਤਾ ਤਾਂ ਹੁੰਦਾ ਜਿਹੜਾ ਦਾਤਾਂ ਵੰਡਦਾ ਇੱਥੇ ਭਿਖਾਰੀ ਬਣਾ ਕੇ ਰੱਖਦੇ। ਸਰਕਾਰ ਦੇ ਇਸ ਐਕਸ਼ਨ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਾ ਤੇ ਨਾਲ ਮੈਂ ਆਪ ਐਕਸ਼ਨ ਲੈ ਕੇ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਬਾਰਦਾਨੇ ਦਾ ਮੈਂ ਆਪ ਜਾਇਜ਼ਾ ਲੈ ਰਿਹਾ। ਮੈਂ ਆਪ ਜਾ ਰਿਹਾ ਚੀਮਾ ਸਾਹਿਬ ਗਿੜਬੇ ਦੀਆਂ ਮੰਡੀਆਂ ਜਾ ਰਹੇ ਨੇ ਤੇ ਸਾਡੇ ਬਰਨਾਲੇ ਵਾਲੇ MLA ਮਹਿਲਕਲ ਵਾਲੇ MLA ਆਪਦੀਆਂ ਦੀਆਂ ਮੰਡੀਆਂ ਜਾ ਰਹੇ। ਸਾਡਾ ਫਰਜ਼ ਬਣਦਾ ਸਾਨੂੰ ਵੋਟਾਂ ਪਾ ਕੇ ਇਹਨਾਂ ਨੇ ਤਾਂ ਗੱਲ ਕਰਨ ਵਾਸਤੇ ਭੇਜਿਆ ਔਰ ਮੈਂ ਤਾਂ ਗੱਲ ਵੀ ਸਾਰਿਆਂ ਸਾਹਮਣੇ ਕਰਦਾ। ਮੈਂ ਤਾਂ EDC ਨੇ ਗੱਲ ਕੀਤੀ ਹੈ ਕਿ ਭਾਈ ਇੱਥੇ ਆ ਹਾਲ ਹੈ ਉਹ ਕਹਿੰਦੇ ਅਸੀਂ ਕਰਾਉਂਦੇ ਹਾਂ ਜੇ ਤਾਂ ਸ਼ਾਮ ਤੱਕ ਹੋ ਗਿਆ।